ਠੱਗਾਂ ਦੇ ਵੱਲੋਂ ਠੱਗੀ ਕਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਗਿਆ। ਬਿਨਾਂ ਕਿਸੇ ਓਟੀਪੀ ਦੇ, ਬਿਨਾਂ ਕਿਸੇ ਪਾਸਵਰਡ ਦੇ, ਸਿਰਫ ਇੱਕ ਫੋਨ ਕਾਲ ਦੇ ਰਾਹੀਂ ਹੀ ਲੱਖਾਂ ਰੁਪਏ ਉਡਾਏ ਗਏ ਨੇ। ਘਟਨਾ ਜਲੰਧਰ ਦੇ ਇੱਕ ਕਾਰੋਬਾਰੀ ਦੀ ਪਤਨੀ ਦੇ ਨਾਲ ਵਾਪਰੀ ਹੈ, ਜਿਸ ਨੂੰ ਠੱਗਾਂ ਦੇ ਵੱਲੋਂ ਫੋਨ ਕੀਤਾ ਜਾਂਦਾ। ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਉਹ ਇੱਕ ਨਿੱਜੀ ਕੰਪਨੀ ਤੋਂ ਬੋਲ ਰਹੇ ਨੇ, ਉਹਨਾਂ ਦਾ ਨੈੱਟ ਸਲੋ ਹੈ, ਜਿਸ ਕਾਰਨ ਉਹ ਇਸ ਨੰਬਰ ਤੇ ਸੰਪਰਕ ਕਰੇ ਜਿਸ ਦੇ ਨਾਲ ਉਹਨਾਂ ਦਾ ਇਸ਼ੂ ਸੋਲਵ ਹੋ ਸਕੇ। ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵੱਲੋਂ 401 ਨੰਬਰ ਜਿਹੜਾ ਹੈ ਡਾਇਲ ਕਰਨ ਦੇ ਲਈ ਕਿਹਾ ਜਾਂਦਾ। ਉਸ ਤੋਂ ਬਾਅਦ ਉਹਨਾਂ ਦੀ ਪਤਨੀ ਉਹਨਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਨੇ, ਉਹਨਾਂ ਦੇ ਵੱਲੋਂ 401 ਨੰਬਰ ਡਾਇਲ ਕੀਤਾ ਜਾਂਦਾ। ਜਿਸ ਤੋਂ ਬਾਅਦ ਕਾਰੋਬਾਰੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦਾ ਸਾਰਾ ਫੋਨ ਜਿਹੜਾ ਹੈ ਹੈਕ ਹੋ ਜਾਂਦਾ, ਸਾਰੇ ਨੰਬਰ ਉਹਨਾਂ ਦੇ ਜਿਹੜੇ ਪਰਿਵਾਰ ਦੇ ਨੇ, ਦੋਸਤਾਂ ਦੇ ਨੇ, ਉਹ ਠੱਗਾਂ ਦੇ ਕੋਲ ਪਹੁੰਚ ਜਾਂਦੇ ਨੇ ਤੇ ਠੱਗਾਂ ਦੇ ਵੱਲੋਂ ਫਿਰ ਇੱਕ ਇੱਕ ਕਰਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਜਾਂਦਾ। ਉਹਨਾਂ ਦੇ ਵੱਲੋਂ ਉਹਨਾਂ ਦੇ ਜਿਹੜੇ ਵੀ ਫਰੈਂਡ ਸਰਕਲ ਦੇ ਲੋਕ ਨੇ ਉਹਨਾਂ ਨੂੰ ਫੋਨ ਕੀਤੇ ਜਾਂਦੇ ਨੇ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ, ਮੇਰੇ ਅਕਾਊਂਟ ਦੇ ਵਿੱਚ ਪੈਸੇ ਟ੍ਰਾਂਸਫਰ ਕੀਤੇ ਜਾਣਗੇ। ਯਾਨੀ ਕਿ ਕਾਰੋਬਾਰੀ ਦੀ ਪਤਨੀ ਬਣ ਕੇ ਠੱਗਾਂ ਦੇ ਵੱਲੋਂ ਮੈਸੇਜ ਕੀਤੇ ਜਾਂਦੇ ਨੇ ਤਾਂ ਪੈਸੇ ਜਿਹੜੇ ਨੇ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਾ ਲਏ ਜਾਂਦੇ ਨੇ। ਇਹ ਸਾਰੀ ਘਟਨਾ ਉਦੋਂ ਪਤਾ ਲੱਗਦੀ ਹੈ ਜਦੋਂ ਉਹਨਾਂ ਦੇ ਕੋਈ ਦੋਸਤ ਜਿਹੜੇ ਰਿਸ਼ਤੇਦਾਰ ਨੇ ਉਹ ਉਹਨਾਂ ਦੇ ਨਾਲ ਸੰਪਰਕ ਕਰਦੇ ਨੇ ਕਿ ਵਾਕਈ ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ। ਤਾਂ ਇਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਉਂਦਾ। ਉਸ ਤੋਂ ਬਾਅਦ ਹੁਣ ਕਾਰੋਬਾਰੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਾਰੋਬਾਰੀ ਦੇ ਵੱਲੋਂ ਜਿਹੜਾ ਹੈ ਪੁਲਿਸ ਕੰਪਲੇਂਟ ਦਰਜ ਕਰਵਾਈ ਗਈ ਹੈ। ਜਲੰਧਰ ਪੁਲਿਸ ਕਮਿਸ਼ਨਰ ਦੇ ਕੋਲ ਉਹ ਪੇਸ਼ ਹੋਏ ਨੇ, ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੀ ਕੰਪਲੇਂਟ ਦਰਜ ਕਰਵਾਈ ਗਈ ਹੈ। ਦੱਸਦੇ ਕਿ ਕਾਰੋਬਾਰੀ ਚੇਤਨ ਧੀਰ ਦੀ ਪਤਨੀ ਦੇ ਨਾਲ ਇਹ ਖ਼ਬਰ ਜਿਹੜੀ ਹੈ ਸਾਰੀ ਘਟਨਾ ਵਾਪਰੀ ਹੈ। ਇੱਕ ਨਵਾਂ ਤਰੀਕਾ ਜਿਹੜਾ ਹੈ ਠੱਗਾਂ ਦੇ ਵੱਲੋਂ ਲੱਭਿਆ ਗਿਆ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬਿਨਾਂ ਕਿਸੇ ਓਟੀਪੀ ਦੇ, ਬਿਨਾਂ ਕਿਸੇ ਪਾਸਵਰਡ ਦੇ, ਸਿਰਫ ਇੱਕ ਫੋਨ ਕਾਲ ਦੇ ਰਾਹੀਂ ਹੀ ਲੱਖਾਂ ਉਡਾਏ ਗਏ ਨੇ। ਦੱਸਿਆ ਜਾ ਰਿਹਾ ਕਿ 1 ਲੱਖ 1.25 ਲੱਖ ਦੇ ਕਰੀਬ ਜਿਹੜਾ ਹੈ ਉਹਨਾਂ ਦੇ ਵੱਲੋਂ ਉਸਦੇ ਦੋਸਤਾਂ ਤੋਂ ਪੈਸਾ ਮੰਗਿਆ ਜਾਂਦਾ ਤੇ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਵਾ ਲਿਆ ਜਾਂਦਾ ਹੈ। ਤੇ ਉੱਥੇ ਹੀ ਦੱਸਦੀ ਕਿ ਕਾਰੋਬਾਰੀ ਦਾ ਕਹਿਣਾ, ਜਦੋਂ ਉਹਨਾਂ ਦੇ ਵੱਲੋਂ ਠੱਗਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਠੱਗ ਦਾ ਕਹਿਣਾ ਸੀ ਕਿ ਮੈਂ ਬਿਹਾਰ ਦਾ ਰਹਿਣ ਵਾਲਾ, ਉਹਨਾਂ ਦਾ ਕੁਝ ਵੀ ਨਹੀਂ ਕਰ ਸਕਦੇ, ਜੋ ਉਹਨਾਂ ਕੋਲ ਹੁੰਦਾ ਜੋ ਕੁਛ ਉਹਨਾਂ ਕੋਲ ਚੜਦਾ ਹੈ ਉਹ ਕਰ ਲੈਣ, ਪਰ ਉਹਨਾਂ ਦਾ ਕੁਝ ਵੀ ਕੋਈ ਵਿਗਾੜ ਨਹੀਂ ਸਕਦਾ। ਤੁਸੀਂ ਵੀ ਸੁਣੋ ਇਸ ਸੰਬੰਧੀ ਕਾਰੋਬਾਰੀ ਕੀ ਕਹਿ ਰਹੇ ਨੇ। कैसे सारा फ्रॉड हुआ बता दो। कल ना एक्चुअली मेरी वाइफ को कॉल आया, शाम को 6 बजे कॉल आया कि आपका ना फ़ोन का नेट स्लो है। उनको पता नहीं जानकारी कहाँ से मिली है, कहाँ से नॉलेज मिली। वाइफ कहती हाँ स्लो है नेट, तो कहती है सानू कंप्लेंट आई है तुहाडे नेट स्लो जी, तो आप बोल रहे जियो ऑफिस से बोल रहे हैं थोड़ी उन्हें कंप्लेंट ठीक हो जाएगी। वाइफ कहती मैं बिजी हैगी हाँ, मैं शाम को कॉल कराँगी। कहना जी मैं थोड़े को कुछ जानकारी नहीं लैनी है, ना मैं थोड़े को OTP लैना, ना थोड़ा पासवर्ड, ना थोड़ा कोई अकाउंट, ना थोड़ी डिटेल्स, ना तो लिंक पर क्लिक करना है। तुम सिर्फ एक 401 नंबर डायल करना, साडा जियो कंपनी का नंबर है, तुम डायल करोगे तो प्रॉब्लम सॉल्व हो जाएगी, तो तुम कॉल बैक नहीं आएगी दोबारा। वाइफ कहती चलो ठीक है, उन्हें जिदा 401 डायल किया, साडा सारा डाटा, साडा अकाउंट डिटेल, साडा व्हाट्सएप सारा हैक हो गया। उन्हें साडी ईमेल तक, साडा फोन, सारा कुछ उन्हें हैक कर लिया। तो वो हैक करके उन्हें साडा, पहला तो उन्हें साडा सेविंग अकाउंट हैक किया, फिर उन्हें की किया व्हाट्सएप तो ना मेरे फ्रेंड्स को अगर मैसेज भेजने शुरू करते कि मैंने पेमेंट की लड़ है, मैंने ट्रांजैक्शन करो। मेरे अगे फ्रेंड्स ने पेमेंटा पानी शुरू करती है, किसी ने 20,000, किसी ने 50,000, किसी ने एक भाई साहब ने 50,000 पाया, एक भाई साहब ने 45,000 रुपया पाया, एक ने 10,000 रुपया पाया। इवन कि दो जने आए भी नहीं दुकान कंप्लेंट। टोटल कितने कितने पैसों का फ्रॉड? फिलहाल 1,25,000 तुम्हें ट्रांसफर पै गई हैं, 1,00,000 साडा कार्ड में कटिया गया, बाकी हले मैं कॉल्स आ रही हैं, हले भी मैं कॉल्स आ रही हैं। उस बंदे नूं मैं मैसेज किया, व्हाट्सएप किया कि यार है तू जो काम कर रहा है गलत कर रहा है। कहना मैं बिहार तो बोल रहा है, मेरा नंबर है, तुम जो कर सकते हो कर लो। मैं सोरे हौसले इन्ने बुलंद है। मैं फिर शाम को गया साइबर क्राइम, उन्हों का ऑफिस बंद सगा, तो अज मैं गया, उन्होंने साड़ी सुनवाई नहीं की, कहते CP ऑफिस को जाओ। फिर उन्हों का नैटवर्क इन्ना स्ट्रॉग है, मैं सारे अपील करना कि तुम्हें अननोन कॉल आती है, तुम उन्होंने रिप्लाई ना करो। तुम OTP पासवर्ड तो बहुत पुरानी गल हो गई है, हमने एक एजेंडा टेक्नोलॉजी कटी 401 नंबर, तुम अपने फोन नंबर तो कोई डायल ना करो। जिदा ही तुम कुछ डायल करोगे तो सारा डाटा, थोड़ी फैमिली, थोड़ा अकाउंट्स वो वाले ट्रांसफर हो जाएगा। आप सर यही अपील करते हैं पूरे समाज में कि इस फ्रॉड तो